ਸਾਡੇ ਇਹਨਾਂ ਵੱਲੋਂ ਕਨੀਓ ਤਾਂ ਤਾਂ ਉਹ ਮਰੀ ਮਰੀ ਹੋਈ ਵੀ ਹੈ, ਹੈ। ਸਾਡੇ ਨਾਲ ਉਹਦਾ ਕੋਈ ਲਾਗਾ ਦੇਗਾ ਨਹੀਂ। ਮੇਰਾ ਭਰਾ ਸੀ, ਅਸੀਂ ਦਸਤੇਬੰਦੀ ਦੇ ਨਾਲ ਆ, ਜਿਵੇਂ ਕਰਨਗੇ ਅਸੀਂ ਉਵੇਂ ਕਰਾਂਗੇ, ਕੋਈ ਕੁਛ ਕਹੀ ਜਾਵੇ ਉਹ ਸਭ ਕੁਛ ਝੂਠ ਬੋਲ ਰਹੀ ਹੈ। ਲੇਡੀ ਸਾਹਮਣੇ ਆਏ ਨੇ ਜਿਹੜੇ ਤੁਹਾਡੀ ਮਾਤਾ ਦੱਸ ਰਹੇ ਨੇ ਕਿ ਅਸੀਂ ਉਹਨਾਂ ਬੱਚਿਆਂ ਦੀ ਮਾਤਾ, ਤੇ ਜਿਹੜਾ ਆਪਣਾ ਲੜਕਾ ਸੀ ਉਹਦੇ ਨਾਲ ਉਹਦੀ ਗੱਲ ਵੀ ਹੋਈ ਹੈ ਅੰਦੋਲਨ 'ਚ ਜਾਣ ਤੋਂ ਪਹਿਲਾਂ ਕਿ ਮੈਂ ਉੱਥੇ ਜਾ ਰਿਹਾ। ਕੀ ਕਹਿਣਾ ਚਾਹੋਗੇ ਤੁਸੀਂ? ਤੁਸੀਂ ਦੱਸ ਰਹੇ ਸੀ ਕਿ ਤੁਹਾਡੇ ਕੋਈ ਮਾਤਾ ਜੀ ਜਿੰਦਾ ਨਹੀਂ ਹੈ। ਪਹਿਲੀ ਗੱਲ ਤਾਂ ਮੇਰੀ ਮਾਤਾ ਨੂੰ 17 ਸਾਲ ਹੋ ਗਏ ਗਈ। ਪਹਿਲਾਂ ਤਾਂ ਉਹਨੂੰ ਸੋਚਣਾ ਚਾਹੀਦਾ, ਜੋ ਛੋਟੇ ਛੋਟਿਆਂ ਨੂੰ ਛੱਡ ਗਈ, ਹੁਣ ਉਹਦਾ ਹੱਕ ਹੀ ਨਹੀਂ ਬਣਦਾ ਸਾਡੇ 'ਚ ਆਉਣ ਦਾ। ਜਿਸ ਤਰ੍ਹਾਂ ਉਹ ਦਾਅਵਾ ਕਰੀਏ ਕਿ ਸ਼ੁਭਕਰਨ ਦਾ ਸੰਸਕਾਰ ਹੋਣਾ ਚਾਹੀਦਾ, ਸਾਨੂੰ ਕਿਸੇ ਚੀਜ਼ ਦੀ ਕੋਈ ਲੋੜ ਨਹੀਂ ਹੈ, ਉਹਦੀ ਮਿੱਟੀ ਨਾ ਰੋਲੀ ਜਾਵੇ, ਇਸ ਤਰ੍ਹਾਂ ਕਰਦਾ ਅਸੀਂ ਦਾਅਵਾ ਨਹੀਂ ਕਰੀਏ। ਮੰਨਦੇ, ਹਲੇ ਨਹੀਂ ਹੋਣਾ ਚਾਹੀਦਾ ਜਦੋਂ ਤੱਕ ਉਹਨੂੰ ਇਨਸਾਫ ਨਹੀਂ ਮਿਲਦਾ। ਅੱਛਾ, ਉਹ ਕਹਿ ਰਹੇ ਵੀ ਪਰਿਵਾਰ ਪਾ ਗਏ ਜੀ ਕੁੜਦੇ ਮਾਰ ਦਿੱਤੀ ਜਾਂ ਹੋਰ ਕੋਈ ਗੱਲਬਾਤ ਸੀ ਤਾਂ ਹੁਣ ਤਾਂ ਕਰਕੇ? ਕੁਛ ਕਹਿ ਲਏ ਉਹ, ਉਦੋਂ ਸੋਚਣਾ ਚਾਹੀਦਾ ਸੀ ਜਦੋਂ ਛੱਡ ਕੇ ਗਈ ਦੋ ਹੈ। ਸਾਲ ਦਾ ਮੁੰਡਾ ਸੀ ਉਦੋਂ, ਮੈਨੂੰ ਤਾਂ ਉਹਨੇ ਦੇਖਿਆ ਹੀ ਨਹੀਂ, ਪਾਲਿਆ ਹੀ ਨਹੀਂ। ਹੁਣ ਉਹ ਐਂ ਕਹਿੰਦੀ ਆ ਵੀ ਮੇਰੇ ਜਵਾਕ ਆ, ਉਦੋਂ ਉਹਨੂੰ ਦਿਖੇ ਨਹੀਂ ਵੀ ਅਸੀਂ ਜਵਾਕ ਆ ਉਹਦੇ ਜੋ ਛੱਡ ਕੇ ਗਈ ਆ। ਮੇਰੀ ਉਹਦੇ ਨਾਲ ਕਦੇ ਕੋਈ ਗੱਲ ਨਹੀਂ ਹੋਈ, ਨਹੀਂ ਸ਼ੁਕਰਨ ਦੀ ਫੋਨ ਤੇ ਗੱਲ ਹੁੰਦੀ ਰਹਿੰਦੀ ਸੀ ਨਹੀਂ ਰੋਜ਼? ਹੁੰਦੀ ਝੂਠ ਸੀ, ਮਾਰਦੀ ਨਹੀਂ ਹੈ। ਹੁੰਦੀ ਸੀ। ਚਰਨਜੀਤ ਸਿੰਘ ਜੀ, ਅੱਜ ਕਾਰਡ ਸਾਹਮਣੇ ਆਏ ਨੇ ਜਿਹੜੇ ਤੁਹਾਡੇ ਘਰ ਵਾਲੀ ਦੱਸ ਰਹੇ ਕਿ ਮੈਂ ਚਰਨਜੀਤ ਦੀ ਵਾਈਫ ਹਾਂ ਤੇ ਮੇਰਾ 13 ਸਾਲ ਪਹਿਲਾਂ ਉਹਦੇ ਨਾਲ ਤਲਾਕ ਹੋਇਆ। ਨਹੀਂ, ਇਹ ਤਾਂ ਝੂਠ ਹੈ। 17 ਸਾਲ ਹੀ ਹੋਏ। ਕਦੇ ਤੁਹਾਨੂੰ ਮਿਲੀ ਆ ਉਹ ਨਾ ਜੀ, ਦਰਮਿਆਨ ਮੁੜ ਕੇ ਆਈ ਨਹੀਂ। ਕਿੰਨਾ ਟਾਈਮ ਹੋਇਆ ਤਲਾਕ? 17। ਕਦੋਂ ਤੋਂ ਨਹੀਂ ਆਈ ਤੁਹਾਡੇ ਪਿੰਡ? ਉਦੋਂ ਤੇ ਜਦੋਂ ਦਾ ਤਲਾਕ ਹੋਇਆ ਜੀ। ਕੌਣ ਹੈਗਾ ਤੁਹਾਡੇ ਸੁਭਮਨ ਦਾ? ਉਹਦੇ ਵਿੱਚ ਕੋਈ ਲਾਗਾ ਦੇ ਹੈਗਾ ਕਿੰਨਾ ਤੁਹਾਡੇ ਪਤੀ? ਨਾ ਜੀ, ਉਹਦਾ ਕੋਈ ਲਾਗਾ ਲੱਗਾ ਨਹੀਂ। ਉਹ ਤਾਂ 17 ਸਾਲ ਹੋ ਗਏ ਜੀ ਉਹਦਾ ਤਲਾਕ ਹੋਏ ਨੂੰ, ਸਾਡੇ ਨਾਲ ਉਹਦਾ ਕੋਈ ਲਾਗਾ ਦੇਗਾ ਨਹੀਂ। ਭੋਰਾ ਭੋਰਾ ਬੱਚੇ ਛੱਡ ਕੇ ਗਈ ਵੀ ਆ, ਵਿਆਹ ਕਰਾਈ ਬੈਠੀ ਹੈ, ਜਵਾਕ ਜੰਮੀ ਬੈਠੀ ਹੈ। ਜਿਸ ਤਰ੍ਹਾਂ ਉਹਦਾ ਦਾਅਵਾ ਹੈ ਕਿ ਵੀ ਸਾਨੂੰ ਕਿਸੇ ਚੀਜ਼ ਦੀ ਕੋਈ ਜ਼ਰੂਰਤ ਨਹੀਂ, ਸਰਕਾਰ ਜਿਸ ਤਰ੍ਹਾਂ ਦੀ ਮੰਗਾਂ ਰੱਖ ਰਹੇ ਨੇ, ਉਹ ਕਿਸਾਨ ਜਥੇਬੰਦੀਆਂ ਤੇ ਵੀ ਉਹਨੇ ਕਿਹਾ ਵੀ ਐਵੇਂ ਹੀ ਰੱਖੀ ਜਾਂਦੇ ਨੇ ਮੰਗਾਂ। ਅਸੀਂ ਤਾਂ ਇਹਨਾਂ ਦੇ ਨਾਲ ਹੀ ਆ ਜੀ, ਜਥੇਬੰਦੀਆਂ ਦੇ। ਇਹ ਜੋ ਕੁਛ ਕਰਨਗੇ ਇਹੀ ਕਰਨਗੇ, ਸਾਡਾ ਉਹਦੇ ਨਾਲ ਕੋਈ ਲਿੰਕ ਨਹੀਂ ਹੈਗਾ, ਕੁਛ ਕਹੀ ਜਾਂਦੀ ਆ ਉਹ। ਕਿਉਂਕਿ ਉਹ ਕਹਿ ਰਹੇ ਨਾ ਮੇਰੇ ਮਰੇ ਪੁੱਤ ਲਈ ਪੈਸੇ ਦੀ ਮੰਗ ਕਰ, ਹਾਂ ਪੈਸੇ ਦੀ ਉਹ ਤਾਂ ਜੀ ਬਹੁਤ ਕੁਛ ਤਾਂ ਕਰੂਗੀ ਕਰਕੇ ਹੁਣ। ਅਕਾਊਂਟ ਜਾਰੀ ਕਰਤਾ, ਖਾਤਾ ਖੋਲਿਆ, ਹਾਂ ਉਹ ਤਾਂ ਬਹੁਤ ਕੁਛ ਕਰੂਗੀ ਜੀ। ਪਰਿਵਾਰ ਵਾਲਿਆਂ ਤੇ ਵੀ ਉਹਨੇ ਆਰੋਪ ਲਗਾਏ ਨਾ ਕਿ ਵੀ ਉਹਨਾਂ ਨੇ ਅਕਾਊਂਟ ਜਾਰੀ ਕਰਤੇ ਪੈਸੇ ਲੈਣ ਦੇ, ਮਹਾਰਾਜ ਨੇ ਕਿਹਾ ਵੀ ਮਿੱਟੀ ਨਾ ਖਰਾਬ ਕਰੀਏ ਜੀ। ਹੁਣ ਤੁਸੀਂ ਕੀ ਕਹਿਣਾ ਚਾਹੋਗੇ ਸਾਫ਼ ਤੌਰ ਤੇ? ਅਸੀਂ ਤਾਂ ਜੀ ਇਹਨਾਂ ਦੇ ਮੰਗ ਰਾਂਗੇ ਜਥੇਬੰਦੀ ਦੇ, ਜਿਵੇਂ ਕਰਨਗੇ ਉਵੇਂ ਉਵੇਂ ਹੋਊਗਾ, ਜਿਵੇਂ ਜਦੋਂ ਇਹ ਸੰਸਕਾਰ ਨੂੰ ਕਹਿਣਗੇ ਉਦੋਂ ਹੀ ਸੰਸਕਾਰ ਹੋਊਗਾ। ਉਸਨੂੰ ਕੀ ਕਹਿਣਾ ਚਾਹੋਗੇ ਜੋ ਸ਼ੁਕਰਨ ਦੀ ਮਾਂ ਬਣ ਕੇ ਉੱਥੇ ਅੱਜ ਪਹੁੰਚੀ ਹੈ ਪਟਿਆਲੇ? ਉਹਨੂੰ ਅਸੀਂ ਕਹੀਓ ਮਾਂ ਬਣੀ ਨਹੀਂ, ਮਾਂ ਬਣੀ ਨਹੀਂ। ਜਦੋਂ ਹੁਣ ਉਹਨੇ ਤਲਾਕ ਉਹਦੇ ਨਾਲ ਹੋਇਆ ਵਾ, 17 ਸਾਲ ਹੋ ਗਏ, ਤੇ ਬਾਕੀ ਉਦੇ ਉਹਨੂੰ ਦਿਸੇ ਨਹੀਂ ਇਹ ਬੱਚੇ ਭੋਰਾ ਭੋਰਾ। ਆਹ ਤਾਂ ਕੁੜੀ ਰੁੜੀ ਫਿਰਦੀ ਸੀ, ਸਾਲ ਦੀ ਸੀ, ਮੁੰਡਾ 2 ਸਾਲ ਦਾ ਸੀ, ਉਦੇ ਉਹ ਕਿੱਧਰ ਗਈ ਸੀ? ਜਿਹੜਾ ਮੀਡੀਆ ਦੇ ਵਿੱਚ ਪਹਿਲਾਂ ਗੱਲਾਂ ਸਾਹਮਣੇ ਪਰਿਵਾਰ ਵੱਲੋਂ ਦੱਸੀ ਗਈ ਤੇ ਮਾਂ ਦੀ ਮੌਤ ਹੋ ਗਈ, ਕਿਵੇਂ ਦੇ ਦੇਗੇ? ਸਾਡੇ ਵੱਲੋਂ ਤਾਂ ਮਰੀ ਵੀ ਹੈ ਨਾ, ਸਾਡੇ ਇਹਨਾਂ ਵੱਲੋਂ ਕਨੀਓ ਤਾਂ ਤਾਂ ਮਰੀ ਮਰੀ ਵੀ ਵੀ ਹੈ। ਹੈ, ਸਾਡੇ ਨਾਲ ਉਹਦਾ ਕੋਈ ਲਾਗਾ ਦੇਗਾ ਨਹੀਂ। ਮੇਰਾ ਭਰਾ ਸੀ, ਅਸੀਂ ਦਸਤੇਬੰਦੀ ਦੇ ਨਾਲ ਆ, ਜਿਵੇਂ ਕਰਨਗੇ ਅਸੀਂ ਉਵੇਂ ਕਰਾਂਗੇ, ਕੋਈ ਕੁਛ ਕਹੀ ਜਾਵੇ ਉਹ ਸਭ ਕੁਛ ਝੂਠ ਬੋਲ ਰਹੀ ਹੈ। ਕਹਿੰਦੇ ਜੇ ਪੈਸੇ ਦੀ ਗੱਲ ਨਹੀਂ ਤਾਂ ਫਿਰ ਅਕਾਊਂਟ ਕਿਉਂ ਜਾਰੀ ਕੀਤਾ? ਕਿਉਂ ਅਕਾਊਂਟ ਦੇ ਰਹੇ ਹੋ? ਇਹੋ ਜਿਹੀ ਗੱਲ ਕਰ ਰਹੇ ਹੋ ਇੱਥੇ ਮੀਡੀਆ ਸੁਣੀ? ਉਹ ਅਕਾਊਂਟ ਇਹਨਾਂ ਨੇ ਨਹੀਂ ਜਾਰੀ ਕੀਤਾ, ਉਹ ਅਕਾਊਂਟ ਉਹ ਅਸੀਂ ਥੋੜਾ ਜਾਰੀ ਕਰੇ, ਇਹਨਾਂ ਨੇ ਕੋਈ ਅਕਾਊਂਟ ਨਹੀਂ ਜਾਰੀ ਕੀਤਾ, ਨਾ ਹੀ ਪਰਿਵਾਰ ਦੀ ਕਿਹੋ ਜਿਹੀ ਹੈਗੀ ਮਨਸਾ ਵੀ।
ਅਖੀਰ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਇਸ ਮਾਮਲੇ ਨੂੰ ਲੈ ਕੇ ਜਿਹੜਾ ਸਾਹਮਣੇ ਆਇਆ ਮੇਰੇ? ਅਸੀਂ ਤਾਂ ਜਥੇਬੰਦੀ ਨੂੰ ਬੇਨਤੀ ਕਰਦੇ ਆ ਵੀ ਉਹਨੂੰ ਇਨਸਾਫ ਦਿਵਾਇਆ ਜਾਵੇ। ਕਿਸਾਨ ਜਥੇਬੰਦੀ ਦਾ ਆਗੂ ਵੀ ਹੈ, ਕਿਸਾਨ ਜਥੇਬੰਦੀ ਦੇ ਆਗੂ ਹੋਣ ਤੋਂ ਨਾਂ ਤੋਂ ਪਹਿਲਾਂ ਅਸੀਂ ਪਿੰਡ ਪੱਧਰ ਤੇ ਨਾਲ ਖੜੇ ਆ, ਤੇ ਇਸ ਕਰਕੇ ਅਸੀਂ ਪਿੰਡ ਇਹਨਾਂ ਦਾ ਜਿਹੜਾ ਦੁੱਖ ਆ ਉਹ ਬਣਾਉਣ ਵਾਸਤੇ ਡੇਲੀ ਇੱਥੇ ਹੁੰਦੇ ਆ ਰੋਜ਼। ਮਹਿਲਾ ਸਾਹਮਣੇ ਆਉਂਦੀ ਆ ਅੱਜ, ਉਹ ਦਾਵਾ ਕਰਦੀ ਕੋਈ ਸ਼ੁਕਰਨ ਦੀ ਮਾਂ ਹੈ। ਦੇਖੋ ਦਾਵਾ ਕਰੀ ਜਾਵੇ ਉਹ ਤਾਂ ਕੋਈ ਵੀ ਕਰੀ ਜਾਵੇ, ਹੁਣ ਲਾਲਚ ਹਰੇਕ ਦੇ ਮਨ 'ਚ ਹੋਇਆ ਪਿਆ ਬਾਈ। ਇੱਥੇ ਅਸੀਂ ਤਾਂ ਦੇਖਿਆ ਨਹੀਂ ਵੀ ਇਹਦੀ ਮਾਤਾ ਗਈ, ਨਿੱਕੇ ਨਿੱਕੇ ਹੁੰਦਿਆਂ ਨੂੰ ਛੱਡ ਗਈ ਸੀ, ਇਹਦਾ ਪਾਲਣ ਪੋਸ਼ਣਾ ਜਿਹੜਾ ਇਹਨਾਂ ਦੀ ਦਾਦੀ ਤੇ ਇਹਨਾਂ ਦੇ ਚਾਚਾ ਜੀ ਨੇ, ਹੋਰ ਪਰਿਵਾਰ ਨੇ, ਇਹਨਾਂ ਦੇ ਫਾਦਰ ਸਾਹਿਬ ਨੇ ਬਹੁਤ ਔਖਾ ਨਾਲ ਜਿਹੜਾ ਕੀਤਾ ਗਾ, ਅਸੀਂ ਇਹ ਕਹਿ ਸਕਦੇ ਹਾਂ ਵੀ ਇਹ ਧੰਨ ਦੇ ਤਕੜੇ ਆ ਜਿਨ੍ਹਾਂ ਨੇ ਇਹਨਾਂ ਦਾ ਪਾਲਣ ਪੋਸ਼ਣ ਕੀਤਾ। ਔਖੇ ਟਾਈਮ 'ਚ ਛੱਡ ਕੇ ਵਗ ਗਈ ਇਹਨਾਂ ਨੂੰ, ਜਦੋਂ ਅੱਜ ਉਹਦੇ ਮਨ 'ਚ ਲਾਲਚ ਜਾਗਿਆ ਤਾਂ ਉਹ ਕਹਿੰਦੀ ਹੈਗੀ ਵੀ ਹਾਂ ਮੈਂ ਇਹ ਮੇਰੇ ਬੱਚੇ ਆ, ਉਦੋਂ ਦੇ ਉਹਨੂੰ ਆਪਣੇ ਬੱਚੇ ਦਿਸੇ ਨਹੀਂ ਹੈਗੇ। ਉਹ ਇੱਕ ਤੁਹਾਨੂੰ ਦੱਸਦੇ ਵੀ ਪ੍ਰਸ਼ਾਸਨ ਦੀ ਜਿਹੜਾ ਇੱਥੋਂ ਦਾ ਪ੍ਰਸ਼ਾਸਨ ਤੇ ਸਰਕਾਰ ਪੱਬਾਂ ਭਾਰ ਹੋਈ ਫਿਰਦੀ ਆ ਨਾ ਉਹਦਾ ਸੰਸਕਾਰ ਕਰਵਾਉਣ ਨੂੰ, ਅਸੀਂ ਇਹ ਮੰਨਦੇ ਹਾਂ ਵੀ ਇਹ ਤਿਰ ਵੀ ਉਹਨਾਂ ਦੀ ਖੜੀ ਕੀਤੀ ਹੋਈ ਹੈ। ਛੋਟੇ ਚੈਨਲ ਦੇ ਜ਼ਰੀਏ ਅਸੀਂ ਪ੍ਰਸ਼ਾਸਨ ਨੂੰ ਵੀ ਤਾਂ ਚੇਤਾਵਨੀ ਦੇਣਾ ਚਾਹੁੰਦੇ ਹਾਂ ਵੀ ਪ੍ਰਸ਼ਾਸਨ ਇਹੋ ਜਿਹੀਆਂ ਗੱਲਾਂ ਤੋਂ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਾਏ, ਨਹੀਂ ਲੋਕਾਂ ਦੇ ਉਹਨਾਂ ਨੂੰ ਭਾਰੀ ਰੋਹ ਦਾ ਸਾਹਮਣਾ ਕਰਨਾ ਪਊ। ਕਿਉਂਕਿ ਇੱਕ ਪਾਸੇ ਸਾਡੇ ਜਵਾਨ ਪਿੰਡ ਦੇ ਪੁੱਤ ਦੀ ਲਾਸ਼ ਪਈ ਹੈ ਜਿਹੜੀ ਇਸ ਸਰਕਾਰ ਦੀਆਂ ਗੰਦੀਆਂ ਨੀਤੀਆਂ ਕਰਕੇ ਕੇਂਦਰ ਦੀ ਗੋਲੀ ਦਾ ਸ਼ਿਕਾਰ ਹੋਇਆ ਗਾ ਸਾਡਾ ਨੌਜਵਾਨ, ਉਹਦੀ ਹਲੇ ਡੈਡ ਬੋਡੀ ਪਈ ਆ, ਉਹ ਰਜਿੰਦਰਾ ਹਸਪਤਾਲ ਦੇ ਵਿੱਚ ਰੁਲ ਰਹੀ ਆ, ਉਹਦਾ ਸੰਸਕਾਰ ਕਰ ਉਹਦਾ ਸਾਨੂੰ ਇਨਸਾਫ ਦੇਣ ਦੀ ਬਜਾਏ ਇਹ ਸਾਰੀਆਂ ਇਹੋ ਜਿਹੀਆਂ ਧਿਰਾਂ ਕੜੀਆਂ ਕਰਦੇ ਆ। ਪ੍ਰਸ਼ਾਸਨ ਦਾ ਕੰਮ ਹੁੰਦਾ ਪੈਂਤਰਾ ਖੇਡਣਾ, ਇਹ ਹੁਣ ਸਾਰੇ ਪੈਂਤਰੇ ਇਹਨਾਂ ਨੇ ਖੇਡ ਕੇ ਦੇਖ ਲਏ, ਇਹਨਾਂ ਕੋਲੇ ਆਖਰੀ ਹਥਿਆਰ ਬਚਿਆ ਸੀਗਾ, ਉਸ ਹਥਿਆਰ ਨੂੰ ਵੀ ਇਹਨਾਂ ਨੇ ਸਾਡੇ ਸਾਹਮਣੇ ਕੱਢ ਲਿਆ। ਅਸੀਂ ਫੇਰ ਤੁਹਾਡੇ ਚੇਤਾਵਨੀ ਦੇਣਾ ਚਾਹੁੰਦੇ ਹਾਂ ਤੁਹਾਡੇ ਚੈਨਲ ਦੇ ਰਾਹੀਂ ਵੀ ਪ੍ਰਸ਼ਾਸਨ ਆਪਦੀਆਂ ਹਰਕਤਾਂ ਤੋਂ ਇਹਨਾਂ ਤੋਂ ਬਾਜ਼ ਆ ਜਾਏ, ਨਹੀਂ ਲੋਕਾਂ ਦੇ ਇਹਨਾਂ ਨੂੰ ਭਾਰੀ ਰੋਹ ਦਾ ਸਾਹਮਣਾ ਕਰਨਾ ਪਊ। ਇੱਥੋਂ ਦਾ ਪ੍ਰਸ਼ਾਸਨ ਆ ਜਿਹੜਾ ਤੇ ਸਰਕਾਰ ਹੈ ਪੱਬਾਂ ਭਾਰ ਹੋਈ ਫਿਰਦੀ ਆ ਸੰਸਕਾਰ ਕਰਵਾਉਣ ਨੂੰ, ਸੰਸਕਾਰ ਇਹਦਾ ਉਦੋਂ ਤੱਕ ਨਹੀਂ ਹੁੰਦਾ ਜਦੋਂ ਤੱਕ ਉੱਥੇ ਬੈਠੀਆਂ ਲੜ ਰਹੀਆਂ ਜਥੇਬੰਦੀਆਂ ਗੀਆਂ, ਉਹ ਇਨਸਾਫ ਉਹਨਾਂ ਨੂੰ ਮਿਲਦਾ ਨਹੀਂ ਹੈਗਾ। ਤੇ ਉੱਥੇ ਲੱਗੇ ਮੋਰਚੇ ਦਾ ਵੀ ਸਵਾਲ ਆ ਕਿਉਂਕਿ ਸੋਹਕਰਨ ਦੇ ਨਾਲ ਜੁੜਿਆ ਹੋਇਆ ਉੱਥੋਂ ਦਾ ਮੋਰਚਾ ਵੀ ਹੈ, ਉੱਥੋਂ ਦੇ ਆਗੂਆਂ ਨੇ ਸਾਰਾ ਕੁਝ ਦੇਖਣਾ ਗਾ ਉਸ ਹਿਸਾਬ ਨਾਲ ਉਹ ਹੈਂਡਲ ਕਰ ਰਹੇ ਆ। ਇਸ ਕਰਕੇ ਸਰਕਾਰ ਇਹ ਗੱਲ ਭੁੱਲ ਜੇ ਵੀ ਉਹਨੂੰ ਬਿਨਾਂ ਇਨਸਾਫ ਦਿੱਤੇ ਹੋਏ ਉਹਦੇ ਤੇ ਪਰਚਾ ਦਰਜ ਕਰੇ, ਜਿਹੜੇ ਜਿਹੜੇ ਉੱਥੇ ਦੋਸ਼ੀ ਆ ਉਹਨਾਂ ਦੇ ਪਰਚਾ ਦਰਜ ਕਰੇ ਤੋਂ ਬਿਨਾਂ ਇਹ ਮਸਲਾ ਜਿਹੜਾ ਨਹੀਂ ਨਿਬੜਨਾ। ਅਸੀਂ ਪ੍ਰਸ਼ਾਸਨ ਨੂੰ ਵੀ ਕਹਿਣਾ ਚਾਹੁੰਦੇ ਹਾਂ ਵੀ ਇਹੋ ਜਿਹੀਆਂ ਹਰਕਤਾਂ ਤੋਂ ਬਾਜ਼ ਆ ਜਾਓ ਤੇ ਜਿਹੜੀ ਬਣਦੀ ਕਾਰਵਾਈ ਆ ਉਹ ਦੋਸ਼ੀਆਂ ਦੇ ਖਿਲਾਫ ਕਰੋ। ਨਹੀਂ, ਪਹਿਲੇ ਗੱਲ 13 ਸਾਲ ਦਾ ਝੂਠ ਮਾਰੇ, ਤਲਾਕ ਘੱਟੋ ਘੱਟ 16-17 ਸਾਲ ਹੋ ਗਏ ਹੋਏ ਨੂੰ ਤਲਾਕ, ਮੇਰੀ 60 ਸਾਲ ਦੀ ਉਮਰ ਹੋ ਗਈ, ਇੱਥੇ ਰਹਿਣਾ ਇਸੇ ਘਰਾਂ 'ਚ ਹੀ, ਇਕੱਠੇ ਆਂਗੇ ਛੱਕੇ ਹੈ ਤੇ ਮਤਲਬ ਛੋਟੇ ਛੋਟੇ ਸੀ, ਰੁੜ ਕੁੜ ਕੇ ਦਾਦੀ ਨੇ ਤੇ ਚਾਚੇ ਨੇ ਪਾਲੇ ਨੇ, ਤੇ ਉਦੋਂ ਛੱਡ ਕੇ ਇਹਨਾਂ ਨੂੰ ਹੋਰ ਵਿਆਹ ਕਰਵਾ ਲਿਆ ਉਹਨੇ, ਹੋਰ ਵਿਆਹ ਕਰਵਾ ਕੇ ਬੱਚੇ ਵੀ ਉਹਦੇ ਜੰਮੇ ਹੋਏ। ਮਤਲਬ ਇਹ ਤਾਂ ਹੁਣ ਪ੍ਰਸ਼ਾਸਨ ਇਹ ਰਣਨੀਤੀਆਂ ਘੜਦਾ ਗਾ ਤੇ ਸਭ ਰੋਟੀਆਂ ਸੇਕ ਰਿਹਾ, ਹੁਣ ਉਹ ਜਾਣ ਕੇ ਇਹ ਸਿੰਜ ਕੜੀ ਕਰਦੀ ਹੈ ਤੇ ਮਤਲਬ ਇਹਦਾ ਕੋਈ ਵਿੱਚ ਰੋਲ ਨਹੀਂ ਗੀ। ਉਹ ਤਾਂ ਮਤਲਬ ਵਿਆਹ ਕਰਾ ਕੇ ਵੀ ਮਤਲਬ ਇਹ ਇਹਨਾਂ ਤੇ ਬੱਚਿਆਂ ਦਾ ਕੁਛ ਵੀ ਬਣ ਨਾ ਜਾਵੇ, ਇਹ ਸਭ ਕੁਛ ਜਾਣ ਬੁੱਝ ਕੇ ਹੋ ਰਿਹਾ, ਕਰਾ ਰਿਹਾ ਪ੍ਰਸ਼ਾਸਨ ਤੇ ਮਤਲਬ ਮੇਰੇ ਹੁੰਦੇ ਤੋਂ ਉਹ ਤਲਾਕ ਹੋਇਆ, ਮੇਰੀ 60 ਸਾਲ ਦੀ ਉਮਰ ਹੋ ਗਈ, ਮੈਂ ਇਸ ਦੇ ਚੰਗੀ ਤਰ੍ਹਾਂ ਜਾਣੂ ਹੈ। ਤਲਾਕ ਉਹ ਕਹਿੰਦੇ ਉਹ ਵਿਆਹ ਕਰਵਾਇਆ, ਬੱਚੇ ਉੜ ਖੁੜ ਕੇ ਮਸਾਂ ਪਾਲੇ ਨੇ ਦਾਦੀ ਨੇ ਤੇ ਚਾਚੇ ਨੇ। ਮੈਂ ਇਹੀ ਕਹਿਣਾ ਵੀ ਪਰਿਵਾਰ ਦੇ ਦੱਸਣ ਮੁਤਾਬਕ 2007 'ਚ ਉਹਨਾਂ ਦਾ ਤਲਾਕ ਹੋਇਆ ਜੀ, ਜਿਹਦਾ ਸਮਾਂ ਬਣਦਾ 17 ਸਾਲ, ਅਤੇ ਉਹ ਲੜਕਾ ਜਿਹੜਾ ਸੁਭਕਰਨ ਸਿੰਘ ਹੈ ਉਹਦੀ ਉਮਰ 21 ਸਾਲ ਬਣਦੀ ਹੈ, ਯਾਨੀ ਕਿ ਉਹ ਬੱਚਾ ਵੀ 2-3 ਸਾਲ ਦਾ ਸੀ ਉਹਨੂੰ, 3 ਕੁ ਸਾਲ ਦਾ। ਸੋ ਇਸ ਕਰਕੇ ਵੀ ਕੋਰਟ ਦੇ ਵਿੱਚ ਤਲਾਕ ਹੋਇਆ ਪਰਿਵਾਰ ਦੇ ਦੱਸਣ ਮੁਤਾਬਕ, ਵੀ ਅਸੀਂ ਤਾਂ ਜਦੋਂ ਇੱਥੇ ਪਿੰਡ 'ਚ ਆਉਂਦੇ ਜਾਂਦੇ ਕਦੇ ਉਹਨੂੰ ਦੇਖ 17 ਸਾਲ ਤੋਂ ਉਹਨਾਂ ਨੂੰ ਇੱਥੇ ਦੇਖਿਆ ਨਹੀਂ। ਬੱਚੇ ਦਾਦੀ ਨੇ ਪਾਲੇ ਆ ਜੀ, ਜਾਂ ਉਹਨਾਂ ਦੇ ਫਾਦਰ ਨੇ ਪਾਲੇ ਆ ਜੀ, ਜਾਂ ਉਹਨਾਂ ਦੇ ਚਾਚੇ ਨੇ ਪਾਲੇ ਆ।
ਜਿਹੜੇ ਬੱਚੇ ਆ ਕਦੇ ਉਹ ਲੈ ਕੇ ਗਈ ਹੈ ਜਦੋਂ ਤਲਾਕ ਹੋਇਆ ਕਿਸੇ? ਨਹੀਂ ਕਦੇ ਨਹੀਂ ਲੈ ਕੇ, ਅਸੀਂ ਕਦੇ ਦੇਖਿਆ ਨਹੀਂ ਮੁੜ ਕੇ, ਉਦੋਂ ਮੂੰਹ ਨਹੀਂ ਦੇਖਿਆ ਪਿੰਡ 'ਚ ਕਦੇ। ਇਸ ਪਰਿਵਾਰ 'ਚ ਕਦੇ ਨਹੀਂ ਆਈ? ਨਹੀਂ, ਅਸੀਂ ਪਿੰਡ ਦੇ ਕਿਸੇ ਨੇ ਵੀ ਨਹੀਂ ਦੇਖੋ, ਕੋਈ ਵੀ ਨਹੀਂ ਕਹੇਗਾ ਤੁਹਾਨੂੰ ਜੀ। ਨਹੀਂ ਅਸਲ ਵਿੱਚ ਦਾਦੀ ਦੀ ਜੀ, ਉਹਦੇ ਫਾਦਰ ਦੀ, ਉਹਨਾਂ ਦੇ ਚਾਚਾ ਜੀ ਦੀ ਮੰਨੀ ਜਾਣੀ ਚਾਹੀਦੀ ਹੈ ਜੀ। ਇਹਨਾਂ ਦੀ ਇਹ ਵਾਰਸ ਨੇ ਅਸਲ ਵਿੱਚ ਜੀ, ਪਿੰਡ ਨਾਲ ਖੜਿਆ ਇਹਨਾਂ ਦੇ ਜੀ।